ਸੋਹਣਿਓ, ਪਹਿਲਾਂ ਤਾਂ ਮੈਨੂੰ ਸਿਰਫ ਆਹ ਕੁੜੀ ਸੋਹਣਿਓ ਕਹਿੰਦੀ ਸੀ ਤੇ ਹੁਣ ਹੋਰ ਕੁੜੀ ਕਹਿਣ ਲੱਗ ਪਈ ਆ ਸੋਹਣਿਓ। ਵਾਓ, ਨਹੀਂ ਮਤਲਬ ਮੈਂ ਸੱਚੀ ਇੰਨਾ ਸੋਹਣਾ ਹੈਗਾ ਵਾ, ਸੁਨੱਖਾ ਹੈਗਾ ਵਾ, ਸੋਹਣਿਓ। ਮੈਂ ਦਿਨੋਂ ਦਿਨ ਸੋਹਣਾ ਹੋਈ ਜਾਂਦਾ ਨਾ, ਵੈਸੇ ਕੁੜੀਆਂ ਵੀ ਕਹਿਣ ਲੱਗ ਗਿਆ ਤੁਸੀਂ ਕਿੱਥੇ ਰਹਿ ਗਏ ਸੋਹਣਿਓ ਸੋਹਣਿਓ। ਹਾਂਜੀ ਪੰਜਾਬ ਵਾਲਿਓ, ਜੋ ਚਾਹੀਦਾ ਸੀ ਮਿਲ ਗਿਆ। ਹੈ ਪੰਜਾਬ ਵਾਲਿਓ, ਇਹ ਤਾਂ ਸਾਰੇ ਪੰਜਾਬ ਨੂੰ ਹੀ ਪੁੱਛੀ ਜਾਂਦੀ ਹੈ। ਜੋ ਚਾਹੀਦਾ ਸੀ ਮਿਲ ਗਿਆ, ਕੀ ਚਾਹੀਦਾ ਸੀ, ਕੀ ਚਾਹੀਦਾ ਸੀ ਪੰਜਾਬ ਵਾਲਿਓ, ਦੱਸ ਦੋ ਮੈਨੂੰ ਕਮੈਂਟ 'ਚ ਦੱਸੋ ਤੁਹਾਨੂੰ ਕੀ ਚਾਹੀਦਾ। ਇੰਨਾ ਤਾਂ ਮੇਰੇ ਕਦੇ ਮੇਰੇ ਘਰਦਿਆਂ ਨੇ ਨੀ ਮੈਨੂੰ ਪੁੱਛਿਆ ਕੀ ਚਾਹੀਦਾ ਤੈਨੂੰ, ਜਿੰਨਾ ਇਹ ਕੁੜੀਆਂ ਪੁੱਛਦੀਆਂ ਨੇ ਯਾਰ। ਇੰਨਾ ਤਾਂ ਮੇਰੇ ਕਦੇ ਮੇਰੇ ਘਰਦਿਆਂ ਨੇ ਨੀ ਮੈਨੂੰ ਪੁੱਛਿਆ ਕੀ ਚਾਹੀਦਾ ਤੈਨੂੰ, ਜਿੰਨਾ ਇਹ ਕੁੜੀਆਂ ਪੁੱਛਦੀਆਂ ਨੇ ਯਾਰ। ਲਵ ਯੂ ਯਾਰ ਸਾਰੀਆਂ ਨੂੰ, ਲਵ ਯੂ ਸੋ ਮੱਚ। ਉਹ ਗੱਲ ਵੱਖਰੀ ਆ, ਮਿਲਿਆ ਮੈਨੂੰ ਕੁਛ ਨਹੀਂ ਹਾਲੇ ਇਹਨਾਂ ਵੱਲੋਂ ਵੀ, ਬਟ ਫਿਰ ਵੀ ਪੁੱਛਣਿਆ ਤੁਸੀਂ ਮੈਨੂੰ ਪੁੱਛਿਆ ਫਿਰ, ਬਟ ਫਿਰ ਵੀ ਤੁਸੀਂ ਮੈਨੂੰ ਪੁੱਛਿਆ, ਸੋ ਉਹਦੇ ਲਈ ਥੈਂਕ ਯੂ। ਬਕਵਾਸ ਬੰਦ ਕਰ ਕੁੱਤਿਆ, ਹਰਾਮ ਦੇ ਖਨਜ਼ੀਰਾ, ਲਾਂਤੀਆ ਦਲਿਆ, ਬਗੈਰਤਾ ਜਾਨਮਨ, ਹਰਾਮ ਦੇ ਪਿਓਰ, ਹਰਾਮ ਦੇ ਓਰੀਜਨਲ ਹਰਾਮ। ਦੱਬਿਆ ਟੀਵੀ ਛੱਡੋ ਜੀ, ਤੁਹਾਨੂੰ ਐਂਡਰੋਇਡ ਐਲਈਡੀ ਦਵਾ ਦਨੇ ਆ। ਓ ਐਂਡਰੋਇਡ ਟੀਵੀ ਨੂੰ ਛੱਡੋ ਜੀ, ਸਾਨੂੰ ਤਾਂ ਤੁਸੀਂ ਹੀ ਚਾਹੀਦੇ ਹੋ ਜੀ। ਮੈਂ ਗਿਰਿਆ ਹੋਇਆ ਬੰਦਾ ਜਮਾਨੀ ਚ ਬੱਲੀ ਐ। ਸੋ ਜਿਵੇਂ ਸਾਰਿਆਂ ਨੂੰ ਪਤਾ ਨਵੀਂ ਟੈਕਨੋਲੋਜੀ ਆ ਰਹੀ ਹੈ ਟਾਈਮ ਟਾਈਮ ਦੇ ਨਾਲ, ਸੋ ਇੱਕ ਖਤਰਨਾਕ ਟੈਕਨੋਲੋਜੀ ਆਈ ਹੈ ਜਿਵੇਂ ਤੁਸੀਂ AI ਸੁਣਿਆ ਹੀ ਹੋਊਗਾ, ਅਤੇ ਉਹਦੇ ਨਾਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਨਾ ਕਿਸੇ ਵੀ ਕੁੜੀ ਦਾ ਫੇਸ ਚੇਂਜ ਕਰਕੇ ਰੀਲਾਂ ਪਾਈਆਂ ਜਾ ਰਹੀਆਂ ਨੇ। ਮੈਂ ਰੈਂਡਮ ਰੀਲ ਦੇਖੀ, ਠੀਕ ਆ, ਇਹ ਕੁੜੀ ਆ ਜਿਵੇਂ, ਹੈ ਨਾ, ਇਹਦੀ ਤੁਸੀਂ ਆਈਜ਼ ਦੇਖ ਲਓ, ਮੂੰਹ ਦੇਖ ਲਓ, ਕੁਛ ਨਾ ਕੁਛ ਤੁਹਾਨੂੰ ਜੀਵ ਲੱਗ ਰਿਹਾ ਨਾ। ਸੋ ਇਹ ਓਰੀਜਨਲ ਨਹੀਂ ਆ, AI ਆ, ਬਟ ਇਹਤੇ ਲਾਈਕ ਆ ਜਿਹੜੇ 2.5 ਲੱਖ ਨੇ, ਮਤਲਬ ਲੋਕਾਂ ਨੂੰ, ਮਤਲਬ ਬੋਡੀ ਭਾਵੇਂ ਕਿਸੇ ਹੋਰ ਦੀ ਆ, ਫੇਸ ਕਿਸੇ ਹੋਰ ਦਾ, ਉਹ ਗੱਲ ਵੱਖਰੀ ਹੈ, ਰੀਲਾਂ ਦੇ ਯੂਜ਼ ਹੋ ਰਿਹਾ ਵਾ, ਬਟ ਇਹ ਚੀਜ਼ ਗਲਤ ਵੀ ਯੂਜ਼ ਹੋ ਸਕਦੀ ਆ, ਚਾਹੇ ਮੇਰਾ ਮੂੰਹ ਆ, ਚਾਹੇ ਤੁਹਾਡਾ ਵੀ, ਕਿਸੇ ਦਾ ਵੀ ਆ, ਕੋਈ ਵੀ ਰੈਂਡਮ ਬੰਦਾ ਆ, ਕਿਸੇ ਦੀ ਵੀ ਇੱਦਾਂ ਵੀਡੀਓ ਤੁਸੀਂ ਸੁਣਿਆ ਹੋਊਗਾ, ਹੈ ਨਾ, ਅਤੇ ਬਹੁਤ ਖਤਰਨਾਕ ਚੀਜ਼ ਆ। ਸੋ ਜੇ ਕੋਈ ਵੀ ਇੱਦਾਂ ਵੀਡੀਓ ਪਾਉਂਦਾ ਵਾ ਤਾਂ ਬਿਲੀਵ ਨਾ ਕਰਿਓ, ਜ਼ਿਆਦਾ ਅੱਧੇ ਫੇਕ ਅਕਾਊਂਟ ਹੁੰਦੇ ਨੇ। ਤੁਹਾਨੂੰ ਖੁਦ ਪਛਾਣ ਕਰਨੀ ਆਉਣੀ ਚਾਹੀਦੀ ਹੈ ਕਿਹੜੀ AI ਵੀਡੀਓ ਅਤੇ ਕਿਹੜੀ ਓਰੀਜਨਲ ਆ, ਠੀਕ ਆ, ਬਾਕੀ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਵਾ। ਦੇਖੋ, ਕੋਈ ਚਾਹ ਬਣਾ ਕੇ ਪ੍ਰਧਾਨ ਮੰਤਰੀ ਬਣੀ ਜਾਂਦਾ ਵਾ, ਕੋਈ ਚਾਹ ਬਣਾ ਕੇ ਉਹ ਬਿਲ ਗੇਟਸ ਨੂੰ ਮਿਲੀ ਜਾਂਦਾ ਵਾ, ਅਤੇ ਕੋਈ ਐਲਵਿਸ ਭਾਈ ਉਹ ਕੈਰੀ ਹੋਣਾ ਤੱਕ ਪੁੱਜ ਗਏ ਆ। ਤਾਂ ਕੈਸੇ ਹੈ ਆਪ ਲੋਕ, ਆਪ ਸਭੀ ਕੋ ਮੈਂ ਪੂਰੇ ਇੰਡੀਆ ਕੇ ਮਸ਼ਹੂਰ ਰੋਸਟਰ ਸੇ ਮੈਂ ਲਾਨੇ ਜਾ ਰਹਾ ਹੂੰ, ਮਿਸਟਰ ਕੈਰੀ ਮਿਨਾਟੀ। ਕੈਸੇ ਹੋ ਭਾਈ? ਉਹ ਵੀ ਕਹਿੰਦਾ ਹੋਊਗਾ ਚਲਾ ਜਾ। ਬਹੁਤ ਸ਼ੁਕਰੀਆ। ਤੇਰੇ ਉੱਤੇ ਹੱਥ ਸਦਾ ਰੱਖੀ ਮਾਲਕਾ, ਮਾੜੇ ਕੰਮਾਂ ਕੋਲੋਂ ਮੈਨੂੰ ਡੱਕੀ ਮਾਲਕਾ, ਦੁਨੀਆ। ਮੈਨੂੰ ਲੱਗਦਾ ਮੇਰੇ ਸਪੀਕਰ ਖਰਾਬ ਹੈ, ਓ ਅਕੇਲਾ ਬੋਲੂੰਗਾ ਤੋ ਵਿਵਾਦ ਹੋ ਜਾਏਗਾ। ਬਾਪੂ ਵਾਲੇ ਗਾਣੇ ਕਰਕੇ ਮੈਂ ਛੱਡ ਰਿਹਾ ਵਾਂ, ਨਹੀਂ ਤਾਂ ਹੈ ਕੰਮ ਫਿੱਟੇ ਮੂੰਹ ਹੀ ਆ। ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ, ਮੈਨੂੰ ਮੇਰੇ ਬਾਪੂ ਕੋਲੇ ਰੱਖੀ ਮਾਲਕਾ, ਤੇਰੇ ਉੱਤੇ ਹੱਥ ਸਦਾ ਰੱਖੀ ਮਾਲਕਾ। ਯਾਰ ਗਾਣਾ ਇਹ ਗਾ ਰਿਹਾ ਵਾ, ਸ਼ਰਮ ਮੈਨੂੰ ਪਤਾ ਨਹੀਂ ਕਿਉਂ ਆਈ ਜਾਂਦੀ ਆ ਸੁਣਨ ਵੇਲੇ, ਕਹਿੰਦਾ ਓ ਟੱਟੀ ਦਾ ਜ਼ੋਰ ਪਿਆਈ, ਜਲਦੀ ਜਲਦੀ ਰੀਲ ਬਣਾ, ਭੇੜ ਦੇ ਆ ਯਾਰਾ, ਜਲਦੀ ਕਰ। ਟੱਟੀ ਕਲਕ ਲਗ ਮੈਂ ਧਿਆਨ ਗਏ, ਤੇਰੇ ਦੇ ਤੇਰਾ ਉਤਨ ਦੌਲੀਏ ਹੱਥੋਂ ਅਤੇ ਆਲ ਗਏ। ਵਕਤ ਕੀ ਆਂਦੀ ਸੇ ਤੂਫਾਨ ਬਦਲ ਜਾਤੇ ਹੈ। ਓਏ
ਉਹ ਕਹਿੰਦੇ ਨਹੀਂ ਹੁੰਦੇ ਇਹੋ ਜਿਹੇ ਬੱਚੇ ਨੂੰ ਘਰ ਦੇ ਜਾਣ ਕੇ ਦੂਰ ਸੌਦਾ ਲੈਣ ਲਈ ਭੇਜ ਦਿੰਦੇ ਆ, ਪਤਾ ਕਿਉਂ? ਕੋਈ ਚੁੱਕ ਕੇ ਲੈ ਜੇ। ਜਿਸ ਹਿਸਾਬ ਨਾਲ ਬਾਈ ਟੱਪ ਰਿਹਾ ਵਾ, ਮੈਨੂੰ ਲੱਗਦਾ ਬਾਈ ਟੱਟੀ ਕਰਨ ਗਿਆ ਹੋਣਾ ਵਾ ਖੇਤਾਂ 'ਚ, ਤੇ ਉੱਥੇ ਕੀੜਾ ਲੜ ਗਿਆ ਵਾ, ਬਸ ਉਸ ਤੋਂ ਬਾਅਦ ਟੱਪੀ ਜਾਂਦਾ। ਇੱਕੀ ਦਿਨ ਮੈਂ ਪੈਸਾ ਡਬਲ ਤਾਂ ਸੁਣਿਆ ਸੀ, ਇਹ ਇੱਕੋ ਦਮ ਪੈਸਾ ਡਬਲ, ਕੁਛ ਤਾਂ ਚੱਕਰ ਹੋਏਗਾ। ਸੋਸ਼ਲ ਮੀਡੀਆ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਕਿ ਬੜਾ ਪਾਓ ਬਣਾਉਣ ਵਾਲੀ ਕੁੜੀ ਬਹੁਤ ਫੇਮਸ ਹੋ ਰਹੀ ਹੈ ਦਿੱਲੀ ਦੀ। ਸਾਥ ਮਿਲ ਕੇ ਅਮੀਰ ਬਣੂ, ਇਹ ਮੇਰੀ ਪੂਰੀ ਫੈਮਿਲੀ ਹੈ, ਮਾਂ ਬਾਪ ਸਭ ਕੁਛ ਹੈ, ਬਸ ਇਹ ਕਹਿੰਦਾ ਭਾਈ ਨਹੀਂ ਬਣੂਗਾ, ਬਾਕੀ ਸਭ ਕੁਛ ਹੈ ਤੇਰਾ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਉਹਦੇ ਕੋਲ ਭੀੜ ਸਭ ਤੋਂ ਜ਼ਿਆਦਾ ਆਉਂਦੀ ਹੈ, ਮਤਲਬ ਖਾਣ ਪੀਣ ਲਈ, ਹੈ ਨਾ, ਉਹਦੇ ਕੋਲ ਉਹਦਾ ਬੜਾ ਪਾਓ ਖਾਣ ਲਈ। ਅਤੇ ਸੋਚਣ ਵਾਲੀ ਗੱਲ ਇਹ ਆ ਵੀ ਦਿੱਲੀ 'ਚ ਸਿਰਫ ਇੱਕ ਹੀ ਜਾਣਾ ਆ ਜਿਹੜਾ ਬੜਾ ਪਾਓ ਬਣਾਉਂਦਾ? ਨਹੀਂ, ਹੈਗੇ ਬਹੁਤ ਜਾਣੇ ਨੇ, ਪਰ ਸਿਰਫ ਇਹਦੇ ਕੋਲ ਹੀ ਕਿਉਂ ਭੀੜ ਹੈ? ਕਿਉਂਕਿ ਕੁੜੀ ਜੋ ਬਣਾ ਰਹੀ ਹੈ, ਹੈਂ, ਉਹ ਹੈਲੋ ਬੜਾ ਪਾਓ ਖਾਣ ਚੱਲੀਏ, ਕਿੱਥੇ? ਉਹ ਯਾਰ ਉੱਥੇ ਦਿੱਲੀ ਨੇ ਉਹ ਸਟਾਲ ਲੱਗਿਆ ਵਾ ਕੁੜੀ ਨੇ, ਨਾਲੇ ਉਹਦੇ ਕੋਲ ਭੀੜ ਪੜੀ ਆ, ਨਾਲੇ ਕੁੜੀ ਵੀ ਦੇਖ ਆਵਾਂਗੇ, ਨਾਲੇ ਉਹਦੇ ਹੱਥਾਂ ਵੀ ਖਾਵਾਂਗੇ, ਚੱਲ ਚੱਲ ਚੱਲ। ਉਹ ਪਰ ਨਹੀਂ ਯਾਰ, ਇੱਕ ਮੁੰਡਾ ਵੀ ਤਾਂ ਬਣਾਉਂਦਾ ਵਾ ਛੋਟਾ ਜਿਹਾ, ਉਹਦਾ ਵੀ ਯਾਰ ਉਹ ਜ਼ਿਆਦਾ ਸਵਾਦ ਬਣਾਉਂਦਾ, ਮੈਂ ਕਹਿੰਦਾ ਹੈਂ ਉਹਦੇ ਨਾਲੋਂ ਵਧੀਆ ਸਵਾਦ ਮੈਨੂੰ ਨਹੀਂ ਲੱਗਦਾ ਕਿਤੇ ਮਿਲੂਗਾ। ਉਹ ਨਹੀਂ ਯਾਰ, ਆਪਾਂ ਬੜਾ ਪਾਓ ਥੋੜ੍ਹੀ ਖਾਣ ਜਾਣਾ ਵਾ, ਉੱਥੇ ਜਿਹੜੀਆਂ ਲੜਾਈ ਹੁੰਦੀ ਆ ਥੋੜ੍ਹਾ ਉਹ ਦੇਖ ਕੇ ਆਵਾਂ, ਕਿਸੇ ਇੱਕ ਅੱਧੇ ਵਲੌਗ 'ਚ ਆਪਣੀ ਵੀਡੀਓ ਵੀ ਆ ਜਾਏਗੀ, ਨਾਲੇ ਉਹ ਗੱਲ ਵੱਖਰੀ ਆ, ਨਾਲੇ ਉੱਥੇ ਤੁਹਾਨੂੰ ਪਤਾ ਵਾ ਆਪਣਾ ਟਾਈਮ ਪਾਸ ਵੱਖਰਾ ਹੋ ਜੂਗਾ, ਉਹ ਨਿੱਕੇ ਜਿਹੇ ਮੁੰਡੇ ਕੋਲ ਜਾ ਕੇ ਕੀ ਕਰਨਾ, ਹੈ ਨਾ, ਗੱਲ ਸਹੀ ਆ ਤੇਰੀ। ਉਹ ਇੱਦਾਂ ਹੀ ਦੋ ਬੰਦੇ ਆ ਆਪਸ 'ਚ ਸਲਾਹ ਬਣਾ ਬਣਾ ਕੇ ਉਹਦੇ ਕੋਲ ਜਾਈ ਜਾਂਦੇ ਆ। ਹੁਣ ਇਹ ਵੀ ਤਾਂ ਬੜਾ ਪਾਓ ਬਣਾਉਂਦਾ ਵਾ, ਪਰ ਕੀ ਗੱਲ, ਇਹਦੇ ਕੋਲ ਕਿਉਂ ਨੀ ਭੀੜ? ਦੇਖੋ ਜਿਹੜਾ ਛੋਟਾ ਮੁੰਡਾ ਬੜਾ ਪਾਓ ਦੇ ਰਿਹਾ ਉਹ 20 ਰੁਪਏ ਦਾ ਦੇ ਰਿਹਾ ਵਾ, ਤੇ ਜਿਹੜਾ ਕੁੜੀ ਦੇ ਰਹੀ ਆ ਉਹ 50 ਰੁਪਏ ਦਾ, ਤੇ ਫਿਰ ਵੀ ਲੋਕੀ 50 ਵਾਲੀ ਸਾਈਡ ਜਾ ਰਹੇ ਆ। ਉਹ ਜਿਵੇਂ ਯਾਰ ਤੁਸੀਂ ਦੇਖਿਆ ਨੀ ਕੁੱਲੜ ਪੀਜ਼ਾ ਕਪਲ ਵਾਇਰਲ ਹੋਇਆ ਸੀ, ਕਿੰਨਾ ਜ਼ਿਆਦਾ ਕਰੇਜ਼ ਹੋਇਆ ਸੀਗਾ, ਬਸ ਉੱਦਾਂ ਹੀ ਆ, ਮਤਲਬ ਇਹ ਕੁੜੀ ਮੈਰਿਡ ਆ, ਬਟ ਉਹ ਗੱਲ ਵੱਖਰੀ ਆ, ਬਟ ਫਿਰ ਵੀ ਮੈਰਿਡ ਗਰਲ ਨੂੰ ਲੋਕੀ ਦੇਖਣ ਆ ਰਹੇ ਆ ਵੀ ਖਾਣ ਆ ਰਹੇ ਆ, ਤੇ ਸਮਝੋ ਫਿਰ। ਬਾਕੀ ਯਾਰ ਬੜਾ ਪਾਓ ਵਾਲੀ ਵੀਡੀਓਜ਼ ਨੂੰ ਦੇਖ ਕੇ ਤਾਂ ਮੈਂ ਇਹੀ ਕਹਿ ਸਕਦਾ ਵਾ ਬਈ ਜੋ ਦਿਖਤਾ ਹੈ ਵਹੀ ਵਿਕਤਾ ਹੈ, ਸੁਣਿਆ ਹੀ ਸੀਗਾ, ਅੱਜ ਦੇਖ ਵੀ ਲਿਆ। ਸੋ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜਾ ਪਾਓ ਵਾਲੀ ਕੁੜੀ ਚੱਲ ਰਹੀ ਆ ਉਹੀ ਜ਼ਿਆਦਾ ਦਿਖ ਰਹੀ ਆ ਅਤੇ ਉਹੀ ਜ਼ਿਆਦਾ ਵਿਕ ਰਹੀ ਆ, ਅਤੇ ਜਿਹੜੇ ਵਿਚਾਰੇ ਮਿਹਨਤ ਕਰ ਰਹੇ ਨੇ ਹੋਰ ਵੀ ਇਹਦੇ ਨਾਲ, ਕੁੜੀ ਵੀ ਮਿਹਨਤ ਕਰ ਰਹੀ ਆ, ਬਟ ਇਹਦੇ ਨਾਲ ਦੇ ਕਿੰਨੇ ਹਜ਼ਾਰ ਮਿਹਨਤ ਕਰ ਰਹੇ ਨੇ, ਹੋਰ ਰੇਹੜੀਆਂ ਵੀ ਲੱਗੀਆਂ ਨੇ, ਉਹਨਾਂ 'ਤੇ ਕਿਉਂ ਨਹੀਂ ਜਾ ਰਿਹਾ? ਕੀ ਗੱਲ, ਉਹਨਾਂ ਦਾ ਟੇਸਟ ਨਹੀਂ ਸਹੀ ਹੋਊਗਾ? ਹੋਏਗਾ, ਬਟ ਜੋ ਦਿਖਤਾ ਹੈ ਵਹੀ ਵਿਕਤਾ ਹੈ। ਤਾਂ ਅੱਜ ਦੀ ਵੀਡੀਓ ਇੰਨੀ ਸੀ, ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਤਾਂ ਲਾਈਕ ਜ਼ਰੂਰ ਕਰ ਦਿਓ ਯਾਰ, ਤੁਸੀਂ ਲਾਈਕ ਨਹੀਂ ਕਰਦੇ ਚੈਨਲ ਦੇ, ਨਵੇਂ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਮਿਲਦੇ ਹਾਂ ਨੈਕਸਟ ਵੀਡੀਓ, ਚੰਗਾ ਜੀ, ਸਤਿ ਸ਼੍ਰੀ ਅਕਾਲ।
ਮੈਂ ਗਿਰਿਆ ਹੋਇਆ ਬੰਦਾ ਜਮਾ ਨੀਚ ਬੱਲੀਏ ਓਰਾ ਕੇ ਸਿਰਾਂ ਪਰ ਨਹੀਂ ਰੀਚ ਬੱਲੀਏ।